देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। जिवें हुण मज्जां नूं पाणी ढाउणा जां फिर पट्टे पाउणे आ इहो जे काम कर हुण इन्नी दिक्कत तां नहीं दिंदे पर हाँ थोड़ी बहुत मुश्किल जरूर है। पर यह है कि जिहड़ियां मुश्किलां बिलां करके आउणियां जिहड़ियां मुश्किलां अहीं बाद च वेखणियां उही पहलां वेख लईए तो मुश्किलां तों बच जांगे। असीं उन्हां दीआं काम कार जिहड़ा सांभ लैंदे उन्हां दे डंगर बच्चे नूं इधर पाणी डाउणा जो कुछ भी करना ही कर लैंदे आ। हुण बाहर खेतां दा काम है सारिआं दीआं पैलियां कट्ठियां ने ਉਹ ਬੈਠੇ ਨੇ ਹੱਦਾਂ ਦੇ ਬਹੁਤ ਮੁਸ਼ਕਲ ਆ। ਇਹ ਸਰਕਾਰ ਤਾਂ 2 ਮਿੰਟ ਦਾ ਕੰਮ ਹੈ ਜੇ ਹੱਲ ਕਰ ਦੇਵੇ ਤੇ। ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਿਹਾ ਪੰਜਾਬ ਦਾ ਕਿਸਾਨ ਜਿਹੜਾ ਪਿਛਲੇ  7 ਦਿਨਾਂ ਤੋਂ ਦਿੱਲੀ ਜਾ ਕੇ ਬੈਠਾ ਹੋਇਆ ਹੈ। ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਦ ਤੱਕ ਉੱਥੇ ਮੋਰਚਾ ਲਗਾ ਕੇ ਬੈਠਾ ਹੋਇਆ ਹੈ ਕਿ सरकार जिन्ना चिर यह कानून रद्द नहीं करती वह वापस किसी भी सूरत आने तैयार नहीं है। पर जे असी गल करिए ग्राउंड रिपोर्ट पिंडा की जितों लोग गए ने किसान जिहड़े पिंडा दे गए ने उन्हां दे घर दे विच की हालात ने इस वेले किस तरह उन्हां दी खेतीबाड़ी का काम चल रहा डंगर बछा किवें उह सांभ रहे ने घर दे विच जिहड़ा समान लिआना है वह किस तरह लिआंदा जा रहा है कि परेशानी उन्हां नूं किस तरह आ रही है। असी पहुंचे हाँ पिंड गल करने हाँ परिवारों के नाल बहुत ही मुश्किल जरूर आ रही है कि परिवार के मैंबर जा रहे ने बड़ा काम अगे भी करते सीगे सवेरे तड़के उठ के 3 बजे पानी खेत लाना डंगर बच्चा संभालना पर जिस तरह हुण वो उत्थे बैठे हुए ने पिछले 7 दिनों तो दिल्ली दे विच जिहड़ी तुहानू की दिक्कत आ रही है। सानू बहुत दिक्कत आ रही है मगरों बड़ियां परेशानियां आ रही हैं। सानू माल डंगर भी चोना पैंदा है जिहड़े उत्थे गए आ उन्हां दा मगरों काम कार करना पैंदा आ ਬਾਹਰ ਅੰਦਰ ਵੀ ਜਾਣਾ ਪੈਂਦਾ ਆ ਸ਼ਹਿਰ ਵੀ ਜਾਣਾ ਪੈਂਦਾ ਆ ਪੱਠੇ ਪੁੱਠੇ ਵੀ ਲਿਆਉਣੇ ਪੈਂਦੇ ਆ ਸਾਨੂੰ ਬਹੁਤ ਮੁਸ਼ਕਲਾਂ ਨੇ ਉਹਨਾਂ ਦੇ ਜਾਣ ਕਰਨ ਕਰਕੇ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਆਉਣਗੇ ਉਹਨਾਂ ਚਿਰ ਇਸ ਤਰ੍ਹਾਂ ਹੀ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ ਅਤੇ ਖੇਤੀਬਾੜੀ ਕਰਨੀ ਵੀ ਪੈਂਦੀ ਆ ਬਾਕੀ ਹੋਰ ਵੀ ਸਾਨੂੰ ਬੜੀਆਂ ਮੁਸ਼ਕਲਾਂ ਨੇ। देखो उत्थे जिहड़े कानून रद्द करवाउण दे लई बैठे हुए ने अड़े हुए ने कि जिन्ना चिर सरकार वो कानून रद्द नहीं कर दिंदी वापस नहीं आना है। ठीक है जरूर तुहानू कुछ दिक्कत आ रही है ने अगे वो काम संभालदे सीगे सारा खेतीबाड़ी दा डंगरां दा अज तुहानू दिक्कत आ रही है पर वो दिक्कत किन्नी जायज़ लग रही है तुहानू? दिक्कत सानू बहुत जायज़ लग रही आ मतलब उहदे नाल इह आ वी साडी इह मुश्किलां हल हो जाणगियां ते सानू साडी सारी उमर दीआं दिक्कतां जिहड़ियां उह खतम हो जाणगियां ਉਹ ਕਾਲੇ ਕਾਨੂੰਨ ਜਿਹੜੇ ਆ ਰੱਦ ਕਰਵਾ ਕੇ ਹੀ ਸਾਡੇ ਕਿਸਾਨ ਯੂਨੀਅਨ ਵਾਲੇ ਜਿਹੜੇ ਆ ਉਹ ਵਾਪਸ ਆਉਣਗੇ ਉਹਨਾਂ ਚਿਰ ਨਹੀਂ ਵਾਪਸ ਆਉਣਗੇ ਚਾਹੇ ਭਾਵੇਂ 6 ਮਹੀਨੇ ਲੱਗ ਜਾਣ ਚਾਹੇ 2 ਮਹੀਨੇ ਲੱਗ ਜਾਣ ਜਿੰਨਾ ਮਰਜ਼ੀ ਵੀ ਟਾਈਮ ਲੱਗ ਜਾਵੇ। ਬਿਲਕੁਲ ਤੁਸੀਂ ਦੱਸ ਰਹੇ ਹੋ ਕਿ ਡੰਗਰ ਬੱਛਾ ਵੀ ਉਹ ਦੇਖਦੇ ਨੇ ਖੇਤਾਂ 'ਚ ਵੀ ਜਾਂਦੇ ਸੀ ਸਵੇਰੇ ਤੜਕੇ ਉੱਠ ਕੇ ਪਾਣੀ ਲਗਾਉਣ ਦੀ ਜਦੋਂ ਤੁਹਾਡੀ ਵਾਰੀ ਹੁੰਦੀ ਹੈ ਉਹਦੇ ਲਈ ਵੀ ਜਾਂਦਾ ਹੁੰਦਾ ਪਰ ਪਿਛਲੇ 7 ਦਿਨਾਂ ਤੋਂ ਇਹ ਡੰਗਰ ਬੱਛਾ ਕੌਣ ਸਾਂਭ ਰਿਹਾ ਹੈ ਪਾਣੀ ਦੀ ਵਾਰੀ ਜਾਂ ਖੇਤਾਂ 'ਚ ਕਿਵੇਂ ਸੰਭਾਲਿਆ ਜਾ ਰਿਹਾ ਮੋਰਚਾ? ਇਹ ਇਸ ਤਰ੍ਹਾਂ ਹੀ ਸੰਭਾਲਿਆ ਜਾ ਰਿਹਾ ਮਗਰੋਂ ਕੋਈ ਇੱਕ ਦੋ ਜੀ ਜਿਸ ਦੇ ਪਰਿਵਾਰ ਦੇ ਹੈਗੇ ਨੇ ਜਾਂ ਲਾਗੋਂ ਬੰਨਿਓਂ ਇੱਕ ਦੂਜੇ ਦੇ ਨਾਲ ਹੈਲਪ ਕਰਵਾ ਦੇਈਦੀ ਆ ਜਾਂ ਕੰਮ ਕਰਵਾ ਦੇਈਦਾ ਆ ਇਸ ਤਰ੍ਹਾਂ ਕਰਕੇ ਜਾਂ ਕੋਈ ਬੰਦਾ ਦਿਹਾੜੀ 'ਤੇ ਲੈ ਜਾਂਦਾ ਇਸ ਤਰ੍ਹਾਂ ਹੀ ਮਤਲਬ ਮਜ਼ਦੂਰ ਖੜ ਕੇ ਵੀ ਕੋਈ ਕਰਾ ਲੈਂਦਾ ਇਸ ਤਰ੍ਹਾਂ ਹੀ ਚੱਲਣ ਡਿਆ ਬਹੁਤ ਮਤਲਬ ਮੁਸ਼ਕਲ ਆ ਪਰ ਹੁਣ ਕੀ ਕਰ ਸਕਦੇ ਹਾਂ ਮਤਲਬ ਸਾਨੂੰ ਉੱਥੇ ਵੀ ਜਾਣਾ ਜ਼ਰੂਰੀ ਸੀ ਇਸ ਕਰਕੇ ਸਾਨੂੰ ਮਗਰਲੀਆਂ ਵੀ ਮੁਸ਼ਕਲਾਂ ਜਿਹੜੀਆਂ ਉਹਨਾਂ ਨਾਲ ਸਾਹਮਣਾ ਕਰਨਾ ਪੈਂਦਾ ਆ ਬਾਕੀ ਉੱਥੇ ਵੀ ਮੁਸ਼ਕਲਾਂ ਦੇ ਨਾਲ ਸਾਹਮਣਾ ਕਰਨ ਡਏ ਅਸੀਂ ਬਾਕੀ ਖੇਤੀ ਕਾਨੂੰਨ ਜਿਹੜੇ ਆ ਜਿੰਨਾ ਚਿਰ ਰੱਦ ਨਹੀਂ ਆਉਣਗੇ ਉਨਾ ਚਿਰ ਜੇ ਕਿਸਾਨ ਆ ਉਹ ਸੰਘਰਸ਼ ਚੱਲਦਾ ਹੀ ਰਹੂਗਾ ਵਾਪਸ ਨਹੀਂ ਆਉਣਗੇ 2 ਮਹੀਨੇ ਲੱਗ ਜਾਣ 3 ਲੱਗ ਜਾਣ ਕਿਉਂ ਰਾਸ਼ਨ ਪਾਣੀ ਸਾਰੇ ਲੈ ਕੇ ਗਏ ਨੇ ਆਪਣਾ ਸਾਰੇ ਆਪਣੀ ਤਿਆਰੀ 'ਚ ਗਏ ਨੇ ਕਰਕੇ ਬਿਲਕੁਲ ਤਿਆਰੀ 'ਚ ਗਏ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਤਿਆਰੀ 'ਚ ਗਏ ਨੇ ਕਾਨੂੰਨ ਜਿੰਨਾ ਚਿਰ ਰੱਦ ਨਹੀਂ ਹੁੰਦਾ ਵਾਪਸ ਨਹੀਂ ਆਉਣਗੇ ਪਰਿਵਾਰ ਹੈ ਕਿਸਾਨ ਪਰਿਵਾਰ ਹੈ ਮੇਰੇ ਨਾਲ ਭੈਣ ਜੀ ਕਿਸ ਤਰ੍ਹਾਂ ਤੁਸੀਂ ਦੇਖ ਉਹਨਾਂ ਤੋਂ ਬਗੈਰ ਕਿਉਂਕਿ ਉਹ ਪਿਛਲੇ 7 ਦਿਨਾਂ ਤੋਂ ਉੱਥੇ ਬੈਠੇ ਹੋਏ ਨੇ ਉੱਥੇ ਹੀ ਮੋਰਚਾ ਲਗਾ ਕੇ ਬੈਠੇ ਹੋਏ ਨੇ ਉਹਨਾਂ ਦੇ ਜਿਹੜੇ ਕੰਮ ਕਾਰ ਹੈ ਉਹ ਹੁਣ ਤੁਹਾਨੂੰ ਵੀ ਸੰਭਾਲਣੇ ਪੈ ਰਹੇ ਨੇ ਤੁਹਾਨੂੰ ਵੀ ਕਰਨੇ ਪੈ ਰਹੇ ਨੇ? ਦੇਖੋ ਦਿੱਕਤ ਤਾਂ ਆਉਂਦੀ ਹੈ ਜ਼ਰੂਰ ਬਟ ਇਹ ਨਹੀਂ ਹੈ ਕਿ ਸਾਨੂੰ ਕੰਮ ਕਾਰ ਕਰਨੇ ਨਹੀਂ ਆਉਂਦੇ ਜਦੋਂ ਉਹ ਇੱਥੇ ਸੀ ਆਪਾਂ ਉਹਨਾਂ ਨਾਲ ਵੀ ਮਦਦ ਕਰਾਉਂਦੇ ਸੀ ਇਸ ਕਰਕੇ ਸਾਨੂੰ ਕੰਮ ਕਾਰ ਦੀ ਜਾਣਕਾਰੀ ਹੈ ਜਿਵੇਂ ਹੁਣ ਮੱਝਾਂ ਨੂੰ ਪਾਣੀ ਢਾਉਣਾ ਜਾਂ ਫਿਰ ਪੱਠੇ ਪਾਉਣੇ ਆ ਇਹੋ ਜਿਹੇ ਕੰਮ ਕਾਰ ਹੁਣ ਇੰਨੀ ਦਿੱਕਤ ਤਾਂ ਨਹੀਂ ਦਿੰਦੇ ਪਰ ਹਾਂ ਥੋੜ੍ਹੀ ਬਹੁਤ ਮੁਸ਼ਕਲ ਜ਼ਰੂਰ ਹੈ। ਪਰ ਇਹ ਹੈ ਕਿ ਜਿਹੜੀਆਂ ਮੁਸ਼ਕਲਾਂ ਬਿੱਲਾਂ ਕਰਕੇ ਆਉਣੀਆਂ ਜਿਹੜੀਆਂ ਮੁਸ਼ਕਲਾਂ ਅਸੀਂ ਬਾਅਦ 'ਚ ਵੇਖਣੀਆਂ ਉਹੀ ਪਹਿਲਾਂ ਵੇਖ ਲਈਏ ਤਾਂ ਉਹ ਮੁਸ਼ਕਲਾਂ ਤੋਂ ਬਚ ਜਾਂਗੇ ਇਸ ਕਰਕੇ ਜਿਹੜਾ ਹੋਣ ਵਾਲਾ ਥੋੜ੍ਹਾ ਸਮਾਂ ਹੈ ਨਾ ਉਹ ਕੱਢਣਾ ਸੌਖਾ ਹੈ ਬਾਅਦ ਵਾਲੇ ਸਮੇਂ ਨਾਲੋਂ। ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਪਰੇਸ਼ਾਨੀਆਂ ਬਾਅਦ 'ਚੋਂ ਆਉਣੀਆਂ ਨੇ ਹੁਣ ਅਸੀਂ ਉਹਨੂੰ ਸਾਹਮਣਾ ਕਰਨ ਲਈ ਤਿਆਰ ਹਾਂ ਜਿਸ ਤਰ੍ਹਾਂ ਦੇ ਹਾਲਾਤ ਨੇ ਇਸ ਵੇਲੇ ਆਪਣਾ ਸਾਰਾ ਕੰਮ ਕਾਰ ਛੱਡ ਕੇ ਕਿਸਾਨ
उस मोर्चे च बैठा होया है, उन्होंने अपना जो वारी है इस वेले फसल बीजन की शहर च भी जाना है, काम कार भी करने ने, हुण वो सारे काम पिछों किस तरह मैनेज हो रहे हैं? देखो पहला भी जदों कभी कोई मुश्किल आती है तो सारा परिवार इकट्ठा हो जाता है, आपस दे विच चाचे ताए जां फिर पिंड दे लोग जिहड़े आ ना आपस दे विच मिल के रहिंदे आ, ते हुण वी उदां ही चल रहा, जिवें हुण नाल दा परिवार गया असीं उन्हां दी काम कार जिहड़ा सांभ लैंदे आ, उन्हां दे डंगर बच्चे नूं इधर पाणी डाउणा जां कुछ वी करना ही कर लैंदे आ, हुण बाहर खेतां दा काम है सारिआं दीआं पैलीआं कट्ठीआं ने, हुण उन्हां दे पाणी दी वारी आई उन्हां दा पाणी वी ला लैंदे आ, हुण जेकर उह कल नूं सानूं मुश्किल पैंदी उह सानूं वी मदद करदे ने, मतलब असीं रल मिल के पहलां तों ही रहि रहे आ ते हुण वी उही काम कर रहे आ। हाँ पर यह गल है कि थोड़ी मुश्किल जरूर आती है पर इन्ना जो सैक्रीफाइस आई कर लाँगे। मुश्किल जरूर है पर जड़ा बाद विचों जड़ी मुसीबत है उसनु चलन लई अज मुसीबत चल सकते हैं। तुसीं दस्यो बीजी कि तुहानू किस लग रहा है कि परिवार गया है मोर्चा लगा के बैठा होया है कानून नू रद्द करवाने दे लई, चाहे वह अज जिन्ना चिर रद्द नहीं हुंदा वह परिवार मोर्चे च ही बैठा रहेगा, पिछों हुण वह चला गया उत्थे बैठा है, ਤੁਹਾਡਾ ਕੰਮ ਕਾਰ ਜਿਸ ਤਰ੍ਹਾਂ ਰੂਟੀਨ ਦੇ ਵਿੱਚ ਤੁਹਾਡੇ ਨਾਲ ਚੌਂਕਾ ਚੁੱਲ੍ਹਾ ਕਰਨਾ ਹੈ, ਡੰਗਰ ਵਿੱਛਾ ਸਾਂਭਣਾ ਹੈ, ਖੇਤਾਂ ਦੇ ਵਿੱਚ ਜਾਣਾ ਹੈ, ਉਹਦੇ ਵਿੱਚ ਕੀ ਤਕਲੀਫ ਆ ਰਹੀ ਹੈ? ਹਾਂਜੀ ਤਕਲੀਫ ਤਾਂ ਮਤਲਬ ਸਮਝੋ ਕਿ ਆ ਹੀ ਰਹੀ ਆ ਅਤੇ ਪਰ ਸਾਨੂੰ ਝੱਲਣੀ ਬਹੁਤ ਸੌਖੀ ਆ, ਮਤਲਬ ਕਿ ਕਿਸਾਨਾਂ ਦੇ ਨਾਲ ਜੇ ਕਿਸਾਨ ਆ ਤਾਂ ਜਾਣ ਆ, ਜੇ ਕਿਸਾਨ ਨਹੀਂ ਤਾਂ ਕਿਸਾਨ ਜਾਣ ਵੀ ਨਹੀਂ, ਇਹਦੇ ਵਿੱਚ ਇਹ ਹੈਗਾ ਵਾ ਮਤਲਬ ਕਿ ਜਿਸ ਤਰ੍ਹਾਂ ਉਹ ਬੈਠੇ ਨੇ ਹੱਦਾਂ ਦੇ ਬਹੁਤ ਮੁਸ਼ਕਲ ਆ, ਅਤੇ ਇਹ ਸਰਕਾਰ ਤਾਂ 2 ਮਿੰਟ ਦਾ ਕੰਮ ਹੈ ਜੇ ਹੱਲ ਕਰ ਦੇਵੇ ਤਾਂ। ਹਾਂਜੀ ਇਹਦੇ ਵਿੱਚ ਇਹ ਕੁਛ ਹੈਗਾ ਵਾ, ਆਪਾਂ ਕੋਈ ਗੱਲਾਂ ਸਹਾਰੀਆਂ ਨਹੀਂ ਜਾਂਦੀਆਂ ਜੋ ਕਰਨ ਦੇ ਨੇ, ਇਹ ਸਰਕਾਰ ਜਿਹੜੀ ਆ ਬਹੁਤ ਕਾਲੇ ਕਾਨੂੰਨ ਬਹੁਤ ਗੰਦੇ ਕਾਨੂੰਨ ਲੈ ਕੇ ਥੋਪਣ ਡਈ ਆ ਕਿਸਾਨਾਂ 'ਤੇ। ਕਾਲੇ ਕਾਨੂੰਨ ਨੇ ਸਰਕਾਰ ਜਿਹੜੀ ਹੈ ਥੋਪ ਰਹੀ ਹੈ ਕਿਸਾਨਾਂ ਦਾ, ਪਰਿਵਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਕਾਨੂੰਨ ਵਾਪਸ ਲੈ ਲਿਆ ਜਾਏ, ਪਰ ਸਰਕਾਰ ਹਜੇ ਵੀ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਖੜੀ ਹੈ, ਪਰ ਹੁਣ ਕੀ ਫੈਸਲਾ ਨਿਕਲਦਾ ਹੈ ਇਹ ਸਮੇਂ ਦੇ ਮੁਤਾਬਿਕ ਹੀ ਪਤਾ ਲੱਗੇਗਾ, ਅੱਜ ਵੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਕੀ ਫੈਸਲਾ ਨਿਕਲਦਾ। ਤੁਸੀਂ ਦੱਸੋ ਸਾਹਿਬ ਜੀ ਕਿ ਤੁਹਾਡੇ ਪਿੰਡ 'ਚੋਂ ਕਿੰਨੇ ਕੁ ਲੋਕ ਗਏ ਨੇ, ਕਿੰਨੇ ਕਿਸਾਨ ਗਏ ਨੇ? ਮਤਲਬ ਜੀ ਬਹੁਤ ਲੋਕ ਗਏ ਆ ਜੀ, ਕੋਈ ਗਏ ਹੀ ਹੋਣਗੇ, ਗਿਣਤੀ ਨਹੀਂ ਗਿਣਿਆਂ ਦੇ ਲੋਕਾਂ ਦੀ ਗਏ ਨੇ, ਮਤਲਬ ਲਾਗੋਂ ਬੰਨਿਓ ਸਾਰਿਆਂ ਪਿੰਡਾਂ 'ਚੋਂ ਗਏ ਨੇ ਲੋਕ, ਬਹੁਤ ਜਨਤਾ ਗਈ ਆ, ਕੋਈ ਮਜ਼ਦੂਰ ਵੀ ਗਏ ਨੇ, ਆੜ੍ਹਤੀਏ ਵੀ ਗਏ ਨੇ, ਕਿਸਾਨ ਵੀ ਗਏ ਨੇ, ਕਈ ਦੁਕਾਨਦਾਰ ਵੀ ਗਏ ਨੇ, ਹਰੇਕ ਨੂੰ ਇਹਦੇ ਵਿੱਚ ਮੁਸ਼ਕਲ ਆਉਣੀ ਆ, ਕਿਉਂ ਕੱਲ੍ਹ ਨੂੰ ਜਦੋਂ ਖੇਤੀ ਕਾਨੂੰਨ ਲਾਗੂ ਹੋ ਗਏ ਉਹਨਾਂ ਨੂੰ ਸਾਰਿਆਂ ਨੂੰ ਹੀ ਇਹਨਾਂ ਨੂੰ ਮੁਸ਼ਕਲ ਆਉਣੀਆਂ ਨੇ, ਕਿਉਂ ਜੇ ਕਿਸਾਨ ਖੇਤੀਬਾੜੀ ਕਰੂਗਾ ਤਾਂ ਦੁਕਾਨਦਾਰਾਂ ਨੂੰ ਵੀ ਕੋਈ ਫਾਇਦਾ ਹੋਊਗਾ, ਆੜ੍ਹਤੀਆਂ ਨੂੰ ਵੀ ਫਾਇਦਾ ਹੋਊਗਾ, ਜੇ ਅਸੀਂ ਮੰਡੀ ਨਾਲ ਜਾਵਾਂਗੇ ਆੜ੍ਹਤੀਆਂ ਨਾਲ ਪਹੁੰਚਾਂਗੇ ਆੜ੍ਹਤੀਆਂ ਦਾ ਵੀ ਨੁਕਸਾਨ ਹੋਣਾ, ਇਹਦੇ ਮਜ਼ਦੂਰਾਂ ਦਾ ਵੀ ਨੁਕਸਾਨ ਆ, ਇਹਦੇ ਤਾਂ ਹਰੇ ਦਾ ਨੁਕਸਾਨ ਆ। ਅਸੀਂ ਤਾਂ ਗੌਰਮੈਂਟ ਨੂੰ ਇਹੋ ਕਹਿੰਦੇ ਹਾਂ ਕਿ ਖੇਤੀ ਕਾਨੂੰਨ ਕਾਲੇ ਕਾਨੂੰਨ ਜਿਹੜੇ ਆ ਰੱਦ ਕਰੋ, ਕਿਸਾਨਾਂ ਦਾ ਮਸਲਾ ਹੱਲ ਕਰੋ ਅਤੇ ਕੋਈ ਸਾਰੇ ਆਪੋ ਆਪਣੀ ਜਗ੍ਹਾ 'ਤੇ ਬਹਿ ਕੇ ਆਪਣਾ ਰੋਟੀ ਪਾਣੀ ਕਮਾਉਣ ਵਾਲੇ ਬਣਨ। ਜੀ ਬਿਲਕੁਲ, ਕਿਸਾਨ ਮੋਰਚੇ 'ਤੇ ਬੈਠਾ ਹੈ ਪਿਛਲੇ 7 ਦਿਨਾਂ ਤੋਂ, ਪਰ ਕਿਸਾਨ ਦਾ ਪਰਿਵਾਰ ਜਿਹੜਾ ਪਿੰਡਾਂ 'ਚ ਬੈਠਾ ਹੈ ਉਹ ਉਹਨਾਂ ਤੋਂ ਬਗੈਰ ਜਿਹੜੇ ਕੰਮ ਕਾਰ ਉਹ ਕਰਦੇ ਸੀਗੇ ਹੁਣ ਰਲ ਕੇ ਕੰਮ ਕਰ ਰਹੇ ਨੇ, ਕਿਉਂਕਿ ਇਹ ਜਿਹੜੀ ਏਕਤਾ ਹੈ ਉਹ ਸਾਫ ਨਜ਼ਰ ਆਉਂਦੀ ਹੈ ਕਿ ਜੇ ਵਾਰੀ ਲਾਉਣ ਪਿੰਡ ਦਾ ਜਿਹੜਾ ਮੋਹਤਬਰ ਹੈ, ਪਿੰਡ ਦੇ ਜਿਹੜੇ ਕਿਸਾਨ ਨੇ ਉਹ ਮੋਰਚੇ ਲਏ ਅਤੇ ਉੱਤੇ ਲਈ ਨਿਕਲ ਚੁੱਕੇ ਹੋਏ ਨੇ, ਮੋਰਚੇ 'ਤੇ ਗਏ ਨੇ, ਜੇ ਵਾਰੀ ਆਉਂਦੀ ਹੈ ਆਪਣੇ ਪਾਣੀ ਲਗਾਉਣ ਦੀ ਆਪ ਵੀ ਲਗਾਉਂਦੇ ਨੇ, ਅਤੇ ਉਹਨਾਂ ਦੇ ਹਿੱਸੇ ਦੀ ਵੀ ਪਾਣੀ ਲਗਾਉਣ ਲਈ ਜਿਹੜੇ ਲੋਕ ਨੇ ਉਹ ਉੱਥੇ ਇੱਥੇ ਮੌਜੂਦ ਨੇ, ਉਹਨਾਂ ਦੇ ਖੇਤਾਂ ਨੂੰ ਵੀ ਪਾਣੀ ਲਗਾ ਰਹੇ ਨੇ, ਔਰ ਗ੍ਰਹਿਣੀਆਂ ਜਿਹੜੀਆਂ ਘਰ ਦੇ ਵਿੱਚ ਡੰਗਰ ਵੱਛਾ ਉਹ ਖੁਦ ਸਾਂਭ ਰਹੀਆਂ ਨੇ, ਗੁਆਂਢੀਆਂ ਦਾ ਵੀ ਸਾਂਭ ਰਹੀਆਂ ਨੇ। ਸੋ ਕੁੱਲ ਮਿਲਾ ਕੇ ਕਿ ਕਿਸਾਨ ਚਾਹੇ ਸੰਘਰਸ਼ 'ਤੇ ਹੈ ਇਸ ਕਾਨੂੰਨ ਦੇ ਖਿਲਾਫ, ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਉਹ ਉੱਥੇ ਜ਼ਰੂਰ ਬੈਠਾ ਹੋਇਆ, ਮਗਰ ਜਿਹੜਾ ਉਹਨਾਂ ਦਾ ਪਿੱਛੇ ਕੰਮ ਕਾਰ ਹੈ ਉਹਦੇ ਲਈ ਕੁਛ ਪਰੇਸ਼ਾਨੀਆਂ ਨੇ, ਪਰ ਪਰਿਵਾਰ ਜਿਹੜੇ ਉਸਦਾ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ, ਪਰ ਉਹ ਇਸ ਮਾਮਲੇ ਨੇ ਆਸ਼ਵਸਤ ਨੇ ਕਿ ਜਿਹੜੀਆਂ ਭਵਿੱਖ 'ਚ ਜਾ ਕੇ ਸਾਨੂੰ ਹੋਰ ਪਰੇਸ਼ਾਨੀਆਂ ਹੋ ਸਕਦੀਆਂ ਨੇ ਉਹ ਇੰਨੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਝੱਲੀਆਂ ਉਹਨਾਂ ਲਈ ਜਾਇਜ਼ ਨੇ ਕਿ ਇਹ ਕਾਨੂੰਨ ਰੱਦ ਹੋ ਸਕੇ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਤਰਨ ਤਾਰਨ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।